ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਕੱਲ੍ਹ ਸਾਰਿਆਂ ਨੇ ਬਹੁਤ ਵਧੀਆ ਹੋਗੇ ਤਾਂ ਸ਼ੁਰੂ ਕਰਦੇ ਆ ਅੱਜ ਦਾ ਵਲੋਗ। ਗੱਡੀ ਹੋ ਗਈ ਸਟਾਰਟ, ਪਤਲੇ ਹੁਣ ਗੱਡੀ ਧਵਾਉਣ ਕਿਉਂਕਿ ਪੂਰੇ 3 ਮਹੀਨਿਆਂ ਤੋਂ ਬਾਈ ਨੇ ਗੱਡੀ ਨੂੰ ਹੱਥ ਵੀ ਨਹੀਂ ਲਵਾਇਆ। ਕਿਉਂ 3 ਮਹੀਨਿਆਂ ਤੋਂ ਗੱਡੀ ਧਵਾਈ ਨਹੀਂ ਨਾ? ਪਤਾ ਨਹੀਂ ਉਸਤਾਦ, ਜ਼ਿਆਦਾ ਹੀ ਹੋਇਆ। ਮੈਂ ਤਾਂ ਅੱਜ ਕਿੰਨੇ ਟਾਈਮ ਬਾਅਦ ਕੱਲ੍ਹ ਆਪਣੀ ਗੱਡੀ ਚਲਾਈ ਹੈ, ਮੈਨੂੰ ਤਾਂ ਕੋਈ ਇੱਦਾਂ ਦਾ ਫੀਲ ਆ ਨਹੀਂ ਰਹੀ ਕਿ ਆ 3 ਮਹੀਨੇ ਤੋਂ ਵਾਸ਼ ਹੋਈ ਹੈ। 2-3 ਦਿਨ ਪਹਿਲਾਂ नहीं हुई। 2 महीने तो, एक मिनट, लगातार 1.5 महीने तो मैं देख रहा हूँ इसे तरह ही गड्डी घूम रही है। बस बस बहुत गंदी हुई पई है ना। दिलिंदरी ਸਾਡੇ ਭਾਜੀ ਦਾ ਬਹੁਤ ਜ਼ਿਆਦਾ थैंक यू है। हाँ, जिस चीज ਲਈ ਗੱਡੀ ਨਹੀਂ ਸਾਫ ਸੁਥਰੀ ਰੱਖੀ, ਇੰਨੀ ਸਾਫ ਸੁਥਰੀ ਰੱਖੀ, ਸੋ ਬਹੁਤ ਬਹੁਤ ਜ਼ਿਆਦਾ थैंक यू ਭਾਜੀ। ਔਨ ਕੈਮਰਾ ਅਸੀਂ ਤੁਹਾਨੂੰ थैंक यू कर रहे हैं। सस दा प्यार हो जा रहा। लो भी गड्डी हो गई साफ। ते आ ने ओ महान इंसान जिन्होंने लगातार शानदार 3 महीनों तो उस तो बाद दी गड्डी इना दे हाथ चाहिए। तो ही नहीं तुसी। ठीक है यार, पानी मैं वो भी मैं धोती सी। पाजी ने बारो बारी पानी मार के कपड़ा लपोच लिया। जो चीज अंदरों साफ होए ते आंदी है वो बाहरो नहीं आंदी। ਚਲੋ ਕੋਈ ਨਹੀਂ, ਹੁਣ ਤਾਂ ਐਵੇਂ ਹੀ ਚਮਕਦੀ ਤੁਹਾਨੂੰ ਦਿਖਦੀ ਰਹੂਗੀ ਸਾਡੇ ਵਲੌਗਾਂ ਦੀ, ਤੇ ਚੈਨਲ ਨੂੰ ਲਗਾ ਕੇ ਕਰ ਲਓ ਸਬਸਕ੍ਰਾਈਬ ਤਾਂ ਕਰਕੇ ਪਤਾ ਚੱਲੂਗਾ। ਹਾਂਜੀ, ਕੁੜੀ ਦੇ ਇੰਨਾ ਜ਼ਿਆਦਾ ਤੇਲ ਲਾਤਾ ਇਹਨਾਂ, ਚੁੰਦੀਆਂ ਕਰੀਆਂ ਹੁੰਦੀਆਂ ਮੈਂ ਪੁੱਤ ਦੀਆਂ ਚੁੰਦੀਆਂ, ਚੰਪੂ ਲਾਲ ਬਣਾਤਾ। ਸਹੀ ਗੱਲ। ਲਓ ਜੀ, ਮੇਰਾ ਦੋਸਤ ਜਾ ਰਿਹਾ ਹਮ, ਠੀਕ ਹੈ। ਫਾਈਨਲੀ ਇਹਦੀ ਗੱਡੀ ਸਾਫ਼ ਹੋ ਗਈ ਆ ਹੁਣ, ਠੀਕ ਹੈ। ਅਗਲੇ ਮਹੀਨੇ ਨੂੰ ਫਿਰ ਇਹੋ ਜਿਹੀ ਕਰ ਦੇਣੀ, ਅਸੀਂ ਅਗਲੇ ਮਹੀਨੇ ਫਿਰ ਧਵਾਉਣੀ ਹੈ, ਠੀਕ ਹੈ। चुल्हा है नी गा, वैसे मैं कदी मैनूं चुल्हे वाला साग पसंद आ, बट इत्थे चुल्हे दा औखा आ, ते इस करके अज आपां बनावांगे गैस ते साग। कुकर धो लिया सी, साग भी धो लिया, अज साग इधर भी पिया है। मम्मी ने बहुत ज्यादा भेजता सी, लसन कट दिता आ, हुण अदरक लैके आना आ, हरिया मिर्चा लैके आनी आ, ते मक्की दा आटा लैके आना। की कीता सी? देखो 10 रुपया नोट। मैं कहा पैसे जेड़े आ गंदे हो गए सी, धो ले जान। गंदी गंदा हो गया सी। वॉशिंग पाउडर निरमा, वॉशिंग पाउडर दे नाल धोते आ। ਹੁਣ ਇਹਨਾਂ ਨੂੰ ਸੁਕਾ ਲਈਏ ਮਾੜੇ ਜੀ, ਫਿਰ ਖਰਚੇ ਆਵਾਂਗੇ। ਕੌਣ ਕੌਣ ਦੱਸੋ, ਕਿਹਦੇ ਕਿਹਦੇ ਨਾਲ ਹੋਇਆ ਇੱਦਾਂ? ਵੀ ਕਈ ਵਿਚਾਰੀਆਂ ਵਾਈਫ ਧੋ ਦਿੰਦੀਆਂ ਕੱਪੜੇ, ਤੇ ਵਿੱਚੋਂ ਪੈਸੇ ਧੋਤੇ ਜਾਂਦੇ ਆ, ਤੇ ਗਾਲਾਂ ਵੀ ਪਈਆਂ ਹੋਣੀਆਂ ਮੇਰੇ ਵਾਂਗ ਬਹੁਤ ਜਾਣੀਆਂ ਨੂੰ। ਕਮੈਂਟ ਕਰਕੇ ਜ਼ਰੂਰ ਭੇਜੋ। ਤਾਂ ਹੀ ਤਾਂ ਗਾਲਾਂ ਨਹੀਂ ਕੱਢੀਆਂ ਨਾ, ਜੇ ਮੇਰੇ ਕੋਲ ਭੇਜੇ ਹੁੰਦੇ ਹੁਣ ਨੂੰ ਇੱਥੇ ਥੋੜ੍ਹੀ ਹੋਣਾ ਸੀ। ਇੰਡੀਆ ਦੇ ਨੋਟਾਂ 'ਚ ਪਤਾ ਨਹੀਂ ਕਿਹੋ ਜਿਹਾ ਪੇਪਰ ਵਰਤਦੇ ਆ ਇਹ, ਇਹ ਪਾਟ ਦੇ ਆ ਭੇਜਣ ਤੋਂ ਬਾਅਦ। ਹਾਂ, ਬਾਹਰ ਯੂਰੋ ਬਥੇਰੇ ਵੀ ਮੈਥੋਂ 5-5 ਯੂਰੋ ਕਈ ਵਾਰੀ ਮੈਨੂੰ ਭੇਜੇ ਜਾਂਦੇ ਸੀ, ਮੀਂਹ ਪੈਂਦਾ ਹੁਣ ਭੇਜੀ ਜਾਂਦੇ ਸੀ ਮੈਥੋਂ। ਮੈਂ ਕਿਹਾ ਵਾਸ਼ਿੰਗ ਮਸ਼ੀਨ 'ਚ ਤਾਂ ਕਦੀ ਪਈ, ਵਾਸ਼ਿੰਗ ਮਸ਼ੀਨ 'ਚ ਤਾਂ ਇਹ ਤਾਂ ਫਿਰ ਉਹ ਤਾਂ ਮੈਨੂੰ ਪਤਾ ਵੈਸੇ ਤਾਂ ਮੈਂ ਛੱਡਦਾ ਵੀ ਨਹੀਂ। ਤੇ ਉਹ ਪਾਰਟ ਦੇ ਨਹੀਂ ਸੀਗੇ, ਪਾਰਟ ਦੇ ਨਹੀਂ ਸੀ, ਪੇਪਰ ਬਹੁਤ ਵਧੀਆ ਯੂਜ਼ ਹੁੰਦਾ। ਉਹ ਮਸ਼ੀਨ ਲਿਆਉਣੀ ਪੈਣੀ ਆ ਆਪਾਂ ਨੂੰ ਨੋਟ ਛਾਪਣ ਵਾਲੀ, ਫੇਰ ਪਤਾ ਲੱਗੂਗਾ ਵੀ ਕਿਹੜਾ ਪੇਪਰ ਯੂਜ਼ ਕਰਦੇ ਆ। ਯਾਰ ਆਪਣੇ ਬਲੌਗ ਦੇਖਦੇ ਹੋਣੇ, ਇਹਨਾਂ 'ਚ ਕੋਈ ਹੋਣਾ ਹੀ ਆ ਜਿਹੜਾ ਪੈਸੇ ਬਣਾਉਣ ਵਾਲੀ ਫੈਕਟਰੀ 'ਚ ਲੱਗਾ ਹੋਊਗਾ। ਦੱਸਿਓ ਯਾਰ, ਦੱਸਿਓ ਕਮੈਂਟ ਕਰਕੇ ਕਿਹੜਾ ਪੇਪਰ ਯੂਜ਼ ਕਰਦੇ ਆ। ਕਿੰਨੀ ਕਰਿਓਸਟੀ ਹੈ ਨਾ ਇੱਦਾਂ ਦੀਆਂ ਚੀਜ਼ਾਂ ਜਾਣਨ ਬਾਰੇ।
ਕਿੱਧਰ ਚਲੇ ਆਪ ਕਿੱਧਰ ਚਲੇ ਅਸੀਂ ਜਿਹੜੇ 30 ਰੁਪਏ ਸਕਾਏ ਉਹ ਖਰਚ ਕੇ ਆਉਣੇ ਖਰਚ ਕੇ ਨਹੀਂ ਮਤਲਬ ਅਸੀਂ ਘਰ ਦਾ ਸਮਾਨ ਲੈ ਕੇ ਆਉਣਾ ਜੇ ਉੱਥੇ ਗੋਲ ਗੱਪੇ ਹੋਏ ਤਾਂ ਮੈਂ ਕਦੀ ਕਹਿੰਦੇ ਮੈਂ ਗੋਲ ਗੱਪੇ ਵੀ ਖਵਾ ਦੂੰਗਾ ਤੇ ਅੱਜ ਆਪਾਂ ਹੋਰ ਕਿੱਥੇ ਚੱਲੇ ਆ ਅੱਜ ਅਸੀਂ ਦੇਖੋ ਮਤਲਬ ਇਹ ਹੋਇਆ ਕਿ ਭੱਜਾ ਨੱਠੀ ਲੱਗੀ ਰਹੀ ਹੈ ਨਾ ਇੱਕ ਹਫ਼ਤਾ ਅਤੇ ਸਾਡੇ ਜਿਹੜਾ ਨੇੜੇ ਗੁਰੂ ਘਰ ਆ ਅਸੀਂ ਉੱਥੇ ਵੀ ਨਹੀਂ ਗਏ ਸੀ ਸੋ ਮੈਨੂੰ ਬਹੁਤ ਲੱਗ ਰਿਹਾ ਸੀ ਹੈ ਨਾ ਅਤੇ ਅੱਜ ਵੀ ਮੈਂ ਹੀ ਕਿਹਾ ਅੱਜ ਵੀ ਜੋਤ ਨੇ ਕਿਹਾ ਮੈਂ ਕਿਉਂਕਿ ਮੈਂ ਕੱਲ੍ਹ ਤੋਂ ਸਵੇਰ ਤੋਂ ਸ਼ੁਰੂ ਕਰਨਾ ਸੀਗਾ ਸੋ ਪਰ ਜੋਤ ਕਹਿੰਦੀ ਵੀ ਅੱਗੇ ਜਾਣਾ ਸੋ ਅਸੀਂ ਹੁਣ ਅੱਗੇ ਚੱਲੇ ਢੋਲ ਕੀ ਵਿਆਹ ਆ ਇੱਥੇ ਟੈਂਟ ਲੱਗਿਆ ਹੋਇਆ ਅੱਜ ਵਿਆਹ ਵਾਲੇ ਕੱਪੜੇ ਨਹੀਂ ਪਾਏ ਜਾਂਦੇ ਬੜੀ ਨੂੰ ਇਸ ਕਰਕੇ ਮੈਂ ਬਾਹਰ ਨਹੀਂ ਗੇੜਾ ਕਢਾਉਣ ਆਉਂਦਾ ਬਹੁਤ ਪੈਂਦੇ ਆ ਇਹ ਬਹੁਤ ਇੱਥੇ ਇਸ ਏਰੀਏ 'ਚ ਅਸੀਂ ਨਾ ਉਹ ਪਿੱਛੇ ਅੰਕਲ ਕੋਲੇ ਰੁਕ ਗਏ ਸੀਗੇ ਇੱਥੇ ਤੁਹਾਨੂੰ ਹੁਣ ਸ਼ੋਰ 'ਚ ਕੁਛ ਸੁਣਦਾ ਯਾਰ ਚੁੱਪ ਕਰ ਇਹਨੇ ਮੈਂ ਨਾ ਪਛਾਣ ਲਿਆ ਆਪਾਂ ਨੂੰ ਵੀ ਬੜੀ ਦੇ ਹੈਗੇ ਮਾਲਤਾ ਅਤੇ ਅਸੀਂ ਨਾ ਉਹ ਪਿੱਛੇ ਅੰਕਲ ਕੋਲੇ ਰੁਕ ਗਏ ਸੀ ਕਿਉਂਕਿ ਉਹ ਸਾਡੇ ਗਵਾਂਢ 'ਚ ਘਰ ਆ ਉਹ ਵੀ ਸਾਡੇ ਲਾਗੇ ਦੇ ਮਤਲਬ ਜੈਟੋ ਦੇ ਆ ਅਤੇ ਮਤਲਬ ਅਸੀਂ ਜਿੱਥੇ ਜੇ ਇਸ ਏਰੀਏ 'ਚ ਰੁਕੇ ਹਾਂ ਆਲਮੋਸਟ ਜਿਹੜੇ ਆਲੇ ਦੁਆਲੇ ਦੇ ਆ ਲੋਕ ਆ ਉਹ ਪਿੱਛੋਂ ਬਠਿੰਡੇ ਏਰੀਏ ਤੋਂ ਹੀ ਆ ਜਿੱਦਾਂ ਕਿ ਇੱਥੇ ਪੈਟ ਸ਼ੋਪ ਆ ਉਹ ਵੀ ਬਠਿੰਡੇ ਦੇ ਹੀ ਆ ਮਤਲਬ ਉਹ ਹੈਗੇ ਮੱਲਣ ਦੇ ਹੈ ਨਾ ਮੈਮੇ ਸਰ ਦੇ ਅਤੇ ਜਿਹੜੇ ਅੰਕਲ ਜੀ ਸੀਗੇ ਇਹ ਸੀਗੇ ਜੈਤੋ ਦੇ ਜਿਹੜਾ ਸਾਨੂੰ ਸ਼ਹਿਰ ਲੱਗਦਾ ਜਿਹੜਾ ਅਕਸਰ ਆਪਾਂ ਲਾਸਟ ਵੀਡੀਓ 'ਚ ਕਹਿੰਦੇ ਸੀ ਅਸੀਂ ਜੈਤੋ ਚੱਲੇ ਹਾਂ ਉਹ ਅੰਕਲ ਉਹ ਸ਼ਹਿਰ ਦੇ ਸੀਗੇ ਸੋ ਸਾਨੂੰ ਏਰੀਆ ਵੀ ਵਧੀਆ ਮਿਲਿਆ ਅਤੇ ਜਿਹੜਾ ਲੋਕ ਆ ਉਹ ਵੀ ਸਾਡੇ ਉੱਧਰਲੇ ਏਰੀਏ ਦੇ ਮਿਲੇ ਵਿਆਹ ਦੇਖ ਲਓ ਡੈਕੋਰੇਸ਼ਨ ਕੀਤੀ ਹੋਈ ਹੈ ਨਾ ਗੁਰਪੁਰਬ ਲੰਘ ਕੇ ਚੱਲਦੇ ਆ ਅੰਦਰ ਮੱਥਾ ਟੇਕਣ ਹੁਣ ਤਾਂ ਥੋੜੀ ਹੋਣੀ ਆ ਉਹ ਤਾਂ ਗੁਰਪੁਰਬ ਤੱਕ ਭਾਵੇਂ ਕਿੰਨਾ ਵੀ ਬਲ ਤਾਕਤ ਕੋਲ ਹੈ ਜੇ ਸਮਾਂ ਆ ਗਿਆ ਤੇ ਕੀੜੀ ਵੀ ਸਾਹ ਖਿੱਚ ਕੇ ਲੈ ਜਾਂਦੀ ਹੈ ਕੁਝ ਨਹੀਂ ਹੁੰਦਾ ਤੇ ਜੇ ਗੁਰੂ ਪਰਮਾਤਮਾ ਬਚਾਉਣਾ ਚਾਹੇ ਤੇ ਮਹਾਰਾਜ ਕਹਿਣ ਲੱਗੇ ਲਾਗੂ ਹੋਏ ਦੁਸ਼ਮਣਾਂ ਸਾਥ ਦੇ ਭੱਜ ਥਲੇ ਪੰਜ ਸੱਤ ਬੰਦੇ ਆਏ ਉਹਨੂੰ ਸਪੋਰਟ ਕਰਨ ਵਾਸਤੇ ਮਦਦ ਕਰਨ ਵਾਸਤੇ ਤੇ ਬਿਪਤਾ ਪੈ ਜਾਵੇ ਤੂੰ ਜਿਹੜੇ ਮਗਰ ਖਲੋਤੇ ਨੂੰ ਪਹਿਲਾਂ ਹੀ ਦੌੜ ਜਾਣ ਵੀ ਅਸੀਂ ਜੇ ਜਾਨ ਬਚਾਈਏ ਤੇ ਬੰਦਾ ਇਕੱਲਾ ਕਾਬੂ ਆ ਜਾਵੇ ਗੁਰੂ ਘਰ ਦੇ ਪ੍ਰਸ਼ਾਦ ਦੇ ਦਰਸ਼ਨ ਕਰੋ ਜੀ ਨਾਲ ਲੱਡੂ ਵੀ ਮਿਲਿਆ ਜਦੋਂ ਅਸੀਂ ਅਮੀਰ ਹੋ ਗਏ ਉਦੋਂ ਅਸੀਂ ਕੀ ਕਰਿਆ ਕਰਾਂਗੇ ਬੱਡੀ ਲਈ ਗੱਟਾ ਲੈ ਕੇ ਆਉਣਾ ਬਿਸਕੁਟਾਂ ਦਾ ਬੱਡੀ ਲਈ ਅੱਜ ਬਿਸਕੁਟ ਲੈ ਕੇ ਚੱਲੇ ਫਲੇਵਰ ਵਾਲੇ ਫਲੇਵਰ ਵਾਲੇ ਲਏ ਆ ਦੇਖੋ ਕੀ ਖਾਂਦਾ ਕਿ ਨਹੀਂ ਖਾ ਤਾਂ ਲੈਣਾ ਹੀ ਹੋਇਆ ਸੀ ਉਹਨੇ ਛੱਡਦਾ ਕੁਝ ਹੈ ਨਹੀਂ ਉਹ ਸਾਨੂੰ ਵੀ ਖਾ ਜਵੇ ਜਦੋਂ ਬੱਸ ਚੱਲੇ ਬੜਾ ਸਕੂਨ ਮਿਲਿਆ ਨਾ ਗੁਰਦੁਆਰੇ 'ਚ ਕਿੰਨੇ ਟਾਈਮ ਬਾਅਦ ਗਏ ਹਾਂ ਬੜਾ ਵਧੀਆ ਫੀਲ ਹੋਇਆ ਬੈਠ ਕੇ ਨਹੀਂ ਅਸੀਂ ਤਾਂ ਉੱਦੇ ਵੀ ਗਏ ਗੁਰਪੁਰਬ ਵਾਲੇ ਦੇ ਆਏ ਉਹ ਸਾਡੇ ਕੋਲ ਜਾਣ ਨਹੀਂ ਹੋਇਆ ਇੱਕ ਗੱਲ ਨੁਕਸਾਨ ਹੋ ਗਿਆ 10 ਰੁਪਏ ਜਿਹੜੇ 30 ਰੁਪਏ ਮੈਂ ਲਿਆਇਆ ਸੀਗਾ 10 ਰੁਪਏ ਉਹਨਾਂ 'ਚੋਂ ਡਿੱਗ ਪਏ ਨਹੀਂ ਤੇ ਲੱਗ ਗਈ ਮੇਰੀ ਹੁਣ ਤਾਂ ਹੀ ਇਹਨੂੰ ਗੋਲ ਗੱਪੇ ਪੂਜਣ ਲੱਗਾ ਮੈਂ ਤਾਂ ਕਿ ਮੁੜ ਕੇ ਨਾ ਲੱਗੇ ਹੋਰ ਕਿਉਂਕਿ ਠੋਲੂ ਰਹਿ ਗਏ ਜੇਬ 'ਚ ਖੋਲੇ ਠੋਲੂ ਮਤਲਬ ਢਾਲੇ ਸਾਡੇ ਨਾਲ ਕੰਮ ਕਰਦਾ ਸੀ ਬੰਦਾ ਉੱਧਰ ਉਹਦਾ ਨਾਂ ਸੀਗਾ ਠੋਲੂ ਨਾਰੀਅਲ ਪਾਣੀ ਦਾ ਲੌਜਿਕ ਪਤਾ ਕੀ ਹੁੰਦਾ ਨਾਰੀਅਲ ਪਾਣੀ ਸਵਾਦ ਕਿੱਦਾਂ ਦਾ ਹੋਊਗਾ ਨਾਰੀਅਲ ਪਾਣੀ ਵਰਗਾ ਪੂਜਦੇ ਗੋਲ ਗੱਪੇ ਹੁਣ ਨਾ ਨੁਕਸਾਨ ਹੋਵੇ ਇਹਦੂ ਬਾਅਦ ਠੀਕ ਹੈ ਰੇਹੜੀ ਤੋਂ ਮੈਡਮ ਜੀ ਪਲੇਟ ਦੇਖ ਕੇ ਰੇਟ ਦੇਖ ਕੇ ਆਏ ਆ ਮੋਮੋਸ ਤਾਂ ਬਰਾ ਹਾਏ ਹਾਏ ਗੋਹੇ ਚ ਪੈਰ ਵੜ ਗਿਆ ਓ ਮਾਈ ਗੋਡ ਟ੍ਰੈਜਡੀ ਵਾਟ ਆ ਟ੍ਰੈਜਡੀ ਅੱਜ ਸਾਡੇ ਨਾਲ ਹੋ ਰਹੀ ਆ ਤੇ ਸਾਰੇ ਸਾਨੂੰ ਪੁੱਛਦੇ ਰਹਿੰਦੇ ਆ ਕਿ ਤੁਸੀਂ ਕਿੱਥੇ ਰਹਿੰਦੇ ਆ ਨਾ ਕਿੱਥੇ ਰਹਿੰਦੇ ਆ ਤੁਹਾਨੂੰ ਘਰੇ ਜਾ ਕੇ ਦੱਸਦੇ ਆ ਕਿਉਂਕਿ ਇੱਥੇ ਸ਼ੋਰ ਪੈਂਦਾ ਆ ਸ਼ੋਰ ਪੈਂਦਾ ਆ ਯੂ ਨੋ ਵੀ ਆਰ ਇਨ ਚੰਡੀਗੜ੍ਹ ਸੋ ਦੈਟਸ ਸ਼ੋਰ ਪੈਂਦਾ ਹੈ ਸ਼ੋਰ ਪੈਣ ਲੱਗ ਪਿਆ ਹੁਣ ਸ਼ੋਰ ਬਹੁਤ ਮੱਚ ਰਿਹਾ ਗਾਇਜ਼ ਰੌਲਾ ਹੁੰਦਾ ਰੌਲਾ ਬਹੁਤ ਪੈਂਦਾ ਰੌਲਾ ਬਹੁਤ ਪੈਂਦਾ ਤੇ ਵਿਆਹ 'ਚ ਚੱਲੀਏ ਬਹੁਤ ਖਾਣ ਨੂੰ ਹੁੰਦਾ ਹੋਰ ਖਾ ਲਓ ਗੋਲ ਗੱਪੇ ਖਾ ਕੇ ਆਇਆ ਹੁਣ ਮੇਰੇ ਨਾਲ ਪਾਪੜੀ ਵਾਲਾ ਧੱਕਾ ਹੀ ਕਰਕੇ ਖਾਲੀ ਗੋਲ ਗੱਪੇ ਦੇ ਦਿੱਤਾ ਮੈਨੂੰ ਤੂੰ ਨਾ ਆਇਆ ਕਰ ਬਾਹਰ
ठीक है उन्हें हमने पता की है जो तो पैर तलकया बाद चुका बाद चुका ही देड़ी ये तो ऐसे रोड तो मोड़ नाली देड़ी ही है जी रोड तो मोड़ गया चल कोई नहीं साग नहीं मिलेगा तो मक्की का आटा नहीं मिलेगा ना मेथे मिले या मक्की का आटा हूँ हाँ। मैं डिगन लगा सी मैं कभी पाटा पाटा हो जाना सी उन्हें ਸਾਨੂੰ ਇੱਕ ਮੌਜ ਬਹੁਤ ਆ ਇੱਥੇ ਦੁਕਾਨਾਂ ਨੇੜੇ ਨੇੜੇ ਦੁਕਾਨਾਂ ਬਹੁਤ ਨੇੜੇ ਨੇੜੇ ਆ ਮੈਂ ਪੂਰੀ ਸੈਟੀਸਫਾਈ ਆ ਇਸ ਏਰੀਏ 'ਚ ਰਹਿ ਕੇ ਕਿਉਂਕਿ ਇੱਕ ਤਾਂ ਜਿੱਦਾਂ ਸਾਡੇ ਘਰ ਦੇ ਕੋਲ ਮਾਹੌਲ ਸੀਗਾ ਸ਼ਾਂਤੀ ਵਾਲਾ ਸ਼ਾਂਤੀ ਆ ਮਤਲਬ ਗੱਡੀਆਂ ਦੀ ਚੀ ਚੀ ਪੌਂ ਪੌਂ ਪੀ ਪੀ ਹੈ ਨਹੀਂ ਗੀ ਅਤੇ ਬਾਕੀ ਦੁਕਾਨਾਂ ਵੀ ਨੇੜੇ ਨੇੜੇ ਆ ਸੋ ਮੈਂ ਪੂਰੀ ਸੈਟੀਸਫਾਈਡ ਹਾਂ ਜੋਤ ਨਾ ਇੱਕ ਚੀਜ਼ ਹੋਰ ਹੀ ਜਾਂਦੀ ਜੇ ਜਾਂਦੀ ਜੋਤ ਇੱਥੇ ਨਾ ਇੱਕ ਲੱਗਿਆ ਹੋਇਆ ਸੀ ਮਤਲਬ ਪਜਾਮਾ ਲੱਗਿਆ ਹੋਇਆ ਸੀਗਾ ਉਹ ਦੇਖ ਆਪਾਂ ਬਜਟ 'ਚ ਰਹਿੰਦੇ ਹਾਂ ਸੋ ਆਪਾਂ ਸੇਲ ਵਾਲਾ ਹੀ ਲੈਣਾ ਸੀ ਮਤਲਬ ਘਰੇ ਪਾਉਣ ਨੂੰ ਪਜਾਮਾ ਲੈਣਾ ਸੀਗਾ ਉਹ ਸੋਹਣਾ ਸੀਗਾ ਮੈਨੂੰ ਕਹਿੰਦੀ ਆਉਂਦਿਆਂ ਨੂੰ ਵਿਕ ਜੂਗਾ ਆਪਾਂ ਜਾਂਦੇ ਦੇਖ ਲਈਏ ਮੈਂ ਕਿਹਾ ਨਹੀਂ ਮੈਂ ਆਉਂਦਾ ਦਵਾ ਦੂੰਗਾ ਪਰ ਆਉਂਦਿਆਂ ਨੂੰ ਦੁਕਾਨ ਹੀ ਬੰਦ ਹੋ ਗਈ ਹੁਣ ਕੱਲ੍ਹ ਨੂੰ ਦੇਖਾਂਗੇ ਅਗਲੇ ਵਲੋਗ 'ਚ ਦੇਖਿਓ ਤੁਸੀਂ ਸਭ ਤੋਂ ਜ਼ਰੂਰੀ ਚੀਜ਼ ਮਸ਼ੀਨ ਵਾਲਾ ਤੇਲ ਲਿਆਂਦਾ ਕਿਉਂਕਿ ਮੁਗਲੈਲ ਤਾਂ ਇੰਨਾ ਕੁ ਮਿਲਣਾ ਨਹੀਂ ਸੀ ਇੱਕ ਚੀਜ਼ ਹੋਈ ਪਈ ਸੀ ਕਿ ਜਿਹੜੇ ਸਾਰੇ ਦਰਵਾਜ਼ੇ ਬਾਰੀਆਂ ਨਾ ਉਹ ਬਹੁਤ ਚੀਕਦੇ ਆ ਰਾਤ ਨੂੰ ਇੱਦਾਂ ਲੱਗਦੇ ਹੋਰਰ ਫਿਲਮ 'ਚ ਨਹੀਂ ਖੁੱਲਦਾ ਹੁੰਦਾ ਰੌਲਾ ਬਹੁਤ ਆ ਦੇਖੋ ਸੁਣਿਆ ਜਿਵੇਂ ਹੋਰਰ ਫਿਲਮ ਦੇ ਵਿੱਚ ਨਹੀਂ ਜਦੋਂ ਬੰਦਾ ਰਾਤ ਨੂੰ ਕਿਤੇ ਕੋਈ ਬਾਥਰੂਮ ਜਾਂਦਾ ਉਦੋਂ ਸਾਰੇ ਦਰਵਾਜ਼ੇ ਐਂ ਚੀਕਦੇ ਆ ਇੱਦਾਂ ਇੱਦਾਂ ਤੇਲ ਲੈ ਕੇ ਆਇਆ ਵੀ ਦਰਵਾਜ਼ਿਆਂ ਦੀਆਂ ਚੂਲਾਂ 'ਚ ਤੇਲ ਦਈਏ ਯਾਰ ਉੱਥੇ ਫਿਰ ਦੂਸਰਾ ਇਹ ਕਬਜ਼ਿਆਂ ਦੇ ਵਿੱਚ ਫਿਰ ਇਹ ਹਟਣਗੇ ਸਾਰੀਆਂ ਬਾਰੀਆਂ ਸਾਰੇ ਦਰਵਾਜ਼ੇ ਹੁਣ ਮੈਂ ਉਹ ਕੰਮ ਕਰਨ ਲੱਗਾ ਕਟੂਰੇ ਪਾਤੇ ਮੰਮੀ ਆ ਕੀ ਏਡੇ ਏਡੇ ਲਸਣ ਦੇ ਗੱਡੇ ਪਾ ਦੇ ਵਿੱਚ ਲਓ ਵੀ ਸਾਡਾ ਸਾਗ ਬਣ ਕੇ ਤਿਆਰ ਪਤਾ ਨਹੀਂ ਹੋਇਆ ਸਾਗ ਦੀ ਵੇੜ 'ਚ ਭੁੱਖੇ ਮਰੀ ਜਾਂਦੇ ਹਾਂ ਅੱਜ ਜਕੜ ਜਕੜ ਕਰਕੇ ਅੱਛਾ ਸਾਰੇ ਜਣੇ ਪੁੱਛਦੇ ਰਹਿੰਦੇ ਵੀ ਤੁਸੀਂ ਕਿੱਥੇ ਰਹਿੰਦੇ ਹੋ ਭਾਈ ਤੁਹਾਨੂੰ ਆਪਾਂ ਦੱਸ ਦਈਏ ਫਾਈਨਲੀ ਹਜੇ ਸਾਗ ਨਹੀਂ ਬਣਿਆ ਕੁੱਕਰ ਫਿਰ ਚੜਾਤਾ ਗੈਸ 'ਤੇ ਕਿਉਂਕਿ ਸਾਗ ਹਜੇ ਬਣਿਆ ਨਹੀਂ ਕੀ ਯਾਰ ਰਾਤ ਕੰਮ ਕਰਨਾ ਹੀ ਪੈਣਾ ਮੈਨੂੰ ਹਾਂਜੀ ਮੈਂ ਤੁਹਾਨੂੰ ਦੱਸਣ ਲੱਗਾ ਸੀ ਵੀ ਆਪਾਂ ਕਿੱਥੇ ਰਹਿੰਦੇ ਹਾਂ ਆਪਾਂ ਰਹਿੰਦੇ ਹਾਂ ਬਾਈ ਜੀ ਪੁਰਾਣੇ ਸਨੀ ਐਨਕਲੇਵ ਦੇ ਵਿੱਚ ਜਿਹੜਾ ਕਿ ਪੈਂਦਾ ਮੁੰਡੀ ਖਰੜ ਦੇ ਕੋਲ ਮਤਲਬ ਖਰੜ ਦੇ ਵਿੱਚ ਆਪਾਂ ਰਹਿੰਦੇ ਹਾਂ ਸਨੀ ਐਨਕਲੇਵ ਜਿਹੜਾ ਏਰੀਆ ਹੈ ਪੁਰਾਣੇ ਸਨੀ ਐਨਕਲੇਵ ਦੇ ਵਿੱਚ ਆਪਣਾ ਪੈਂਦਾ ਹਨੀ ਡਿਊ ਪਬਲਿਕ ਸਕੂਲ ਆ ਜਿਹੜਾ ਉਹਦੇ ਨੇੜੇ ਰਹਿੰਦੇ ਹਾਂ ਅਤੇ ਨੇੜੇ ਤੇੜੇ ਆ ਕੇ ਕਿਸੇ ਨੂੰ ਪੁੱਛਣਾ ਨਹੀਂ ਕਿਉਂਕਿ ਸਾਨੂੰ ਅਜੇ ਕੋਈ ਜਾਣਦਾ ਨਹੀਂ ਵੀ ਅਸੀਂ ਯੂਟਿਊਬਰ ਹਾਂ ਅਤੇ ਤੁਸੀਂ ਸਾਨੂੰ ਮਿਲਣ ਆਉਣਾ ਤੁਸੀਂ ਸਾਨੂੰ ਇੰਸਟਾ DM ਕਰੋ ਹਨੀ ਡਿਊ ਪਬਲਿਕ ਸਕੂਲ ਕੋਲ ਆ ਕੇ ਆਲਵੇਜ਼ ਸਾਡੇ ਨੈੱਟ ਆਉਣ ਹੀ ਹੁੰਦੇ ਆ ਮੈਸੇਜ ਕਰਕੇ ਆਓ ਹੁਣ ਅਸੀਂ ਤਾਂ ਵਾਈਫਾਈ ਵੀ ਲਵਾ ਲੈਣਾ ਇੱਕ ਦੋ ਦਿਨਾਂ ਵਿੱਚ ਕਿਉਂਕਿ ਹੁਣ ਜੋ ਦਾ ਕੰਮ ਸਟਾਰਟ ਹੋਣ ਲੱਗਾ ਨਾ ਵਾਈਫਾਈ 'ਤੇ ਹੋਣਾ ਉਹਦਾ ਕੰਮ ਸਟਾਰਟ ਸਾਰਾ ਕਰਕੇ ਜਿਹੜਾ ਆ ਵੀ ਤੁਸੀਂ ਸਾਨੂੰ ਉੱਥੇ ਆ ਕੇ ਮੈਸੇਜ ਕਰੋ ਅਤੇ ਮੈਸੇਜ ਕਰਕੇ ਤੁਸੀਂ ਸਾਨੂੰ ਮਿਲਣ ਆ ਸਕਦੇ ਹੋ ਚਾਹ ਪਾਣੀ ਬਿਸਕੁਟ ਭੁਜੀਆ ਸਭ ਕੁਝ ਸਾਡੇ ਨੇੜੇ ਮਿਲਦਾ ਸਮੋਸੇ ਸਾਨੂੰ ਥੋੜ੍ਹਾ ਜਿਹਾ ਦੂਰੋਂ ਲੈ ਕੇ ਆਉਣੇ ਪੈਣਗੇ ਸਾਨੂੰ ਪਹਿਲਾਂ ਦੱਸ ਦਿਓ ਕਿਹਨੇ ਆਉਣਾ ਹੈ ਫਿਰ ਅਸੀਂ ਸਮੋਸੇ ਵਗੈਰਾ ਪਕੌੜੇ ਵਗੈਰਾ ਜਿਹੜਾ ਆ ਨਿੱਜਰ ਚੌਂਕ ਦੇ ਵਿੱਚੋਂ ਲੈ ਆਈਏ ਰੋਟੀ ਅਸੀਂ ਘਰੇ ਬਣਾਵਾਂਗੇ ਹਾਂ ਸੋਰੀ ਨਿੱਜਰ ਚੌਂਕ 'ਚ ਜਾਣ ਦੀ ਲੋੜ ਨਹੀਂ ਹੈ ਗੁਰਦੁਆਰੇ ਦੇ ਪਰਲੇ ਪਾਸੇ ਬਹੁਤ ਵੱਡੀ ਮਾਰਕੀਟ ਹੈ ਬੜਾ ਵਧੀਆ ਹੋਟਲ ਆ ਉੱਥੇ ਸਭ ਕੁਝ ਬਹੁਤ ਸਾਰੇ ਮੈਸੇਜਸ ਆ ਰਹੇ ਸੀਗੇ ਵੀ ਤੁਸੀਂ ਤੁਹਾਡਾ ਐਡਰੈਸ ਕੀ ਇੰਸਟਾਗ੍ਰਾਮ 'ਤੇ ਮੈਸੇਜ ਆ ਰਹੇ ਸੀ ਕਿਉਂਕਿ ਬਹੁਤ ਸਾਰੇ ਜਿਹੜੇ ਇੱਥੇ ਨੇੜੇ ਦੇ ਏਰੀਏ ਦੇ ਹੈਗੇ ਆ ਸੋ ਇਸ ਕਰਕੇ ਤੁਹਾਨੂੰ ਅੱਜ ਅਸੀਂ ਪੂਰਾ ਦੱਸਿਆ ਕਿ ਅਸੀਂ ਕਿੱਥੇ ਰਹਿੰਦੇ ਹਾਂ ਕਿਹੜਾ ਏਰੀਆ ਹੈ ਤੁਸੀਂ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ ਅਤੇ ਹੁਣ ਸਾਗ ਬਣਨ ਦੀ ਵੇਟ ਕਰ ਲਈਏ ਫਿਰ ਰੋਟੀ ਖਾਵਾਂਗੇ ਤੁਹਾਨੂੰ ਵੀ ਦਿਖਾਉਣੇ ਸਾਗ ਅੱਜ ਪਹਿਲੀ ਵਾਰ ਕੁੱਕਰ ਦੇ ਵਿੱਚ ਬਣਿਆ ਮੈਂ ਖਾਊਂਗਾ ਕਿੱਦਾਂ ਦਾ ਬਣਿਆ ਸਾਗ ਕੁੱਕਰ ਦੇ ਵਿੱਚ ਕੇਕੇ ਸਾਹਿਬ ਦੇ ਮੇਰੀ ਮੰਮੀ ਕੁੱਕਰ 'ਚ ਬਣਾਉਂਦੇ ਆ ਅਤੇ ਗੈਸ 'ਤੇ ਬਣਾਉਂਦੇ ਆ ਅਤੇ ਮੈਂ ਕਹਿੰਦੀ ਖਾਂਦੇ ਵੀ ਉੱਥੋਂ ਚਲੋ ਦੇਖਦੇ ਹਾਂ ਤੇ ਹੁਣ ਆਪਾਂ ਕੱਟ ਲਈ ਅਦਰਕ ਲਸਣ ਤੇ ਪਿਆਜ਼ ਕੱਟੋਗੇ ਮਹਿਕ ਦੀ
लो भी मित्रो बन गया साग नाल एडी वड्डी मिर्च ते मक्की दी रोटियां ते अज हुण भाफां तां सही निकल रही हैं बाकी हुण लगू पता खा गए ते आपां खा लईए ते फिर उस तों बाद ब्लॉग दा मैं हुण स्पैशल बटर लैके आया हूँ जाके शुक्र है दुकान खुली सी क्योंकि यार घ्यो बना साग स्वाद नहीं लगता असी घ्यो लेके आना फिर टाइम ही नहीं लग्या सीगा हुण तक ते हुण जिहड़ा आपां खा लईए ते फिर उस तों बाद ब्लॉग दा एंड करदे हां तुहाडे नाल एक बहुत जरूरी गल करनी है। हाँ जी गाइज साग खा लिया साग वाकई बहुत स्वाद सी ते मैं दो रोटियां की जगह चार रोटियां खा गया साग भी बहुत स्वाद सी ते मिर्चा भी बहुत स्वाद आ क्योंकि मैं कल खादिया नहीं ते अज मैं खादिया बहुत घेंट आ बहुत घेंट चार आ छोटा है पर मेन लगता बाद चो वड्डा हो जाऊगा जां वड्डा होगा जां छोटा हो जाऊगा ये पता नहीं। चैनल नूं कर दिओ सबसक्राइब लाइक ते किसान वाले मुद्दे ते मैं इह गल करनी चाहूंगा कि देखो जिवें पिछले वलॉग दे विच मैं दस्सिया सीगा कि हजे तक बहुत चीज़ा अनश्योर आ श्योर नहीं है कुछ भी ठीक है बट हाँ चलो सरकार झुकी है मैं अज बहुत चीज़ा पढ़िया क्योंकि मैं अच्छे टाइम मिलया तो सरकार झुकी है इस गल की बहुत बहुत बधाई सारियां तो किसानों की जित हो रही है तो खास करके जो दिल्ली तो पंजाब चढ़ के गया तो सानू हुण अज अपने पुरखियां ते माण आ कि उन्होंने 17 बार दिल्ली जीती सी अज 18वीं बार भी पंजाब दिल्ली नूं फतेह कर रहा है तो बाकी जिहड़ा आने वाले टाइम के जिहड़ियां गल्लां सरकार नाल लिखती तौर पर करनियां तो वो साढ़े आगू साहिबानां दियां जिम्मेवारियां बनदियां उन्होंने करनियां चाहीदियां जेकर वह नहीं करते तो फिर लोगों नूं उन्हां ते भी तां थोड़ा कसना चाहिए क्योंकि वो थोड़े नाराज चल रहे हैं कई बयान सुने मैं कि आगू वालों यह कहा जा रहा कि सानूं पुछा क्यों नहीं सरकार ने आप यही तो चीज़ चाहते सी कि बिल रद्द कराने तो बिल रद्द हो गए सो किडे वधिया दिन ते बिल रद्द होया गुरपुरब का दिन चुनिया सरकार ने है ना तो दीन दुनी के मालक साहब श्री गुरु नानक देव देव महाराज के प्रकाश उत्सव से जोड़ा आ प्रकाश पर्व से सरकार ने मनिया कि जोड़ा आ असी पंजाब ना पंगा नहीं लैना किसानों ना पंगा नहीं लैना सो से इतने जिन्हें भी किसान आ भी उन्होंने खुश रखना तो वधिया गल यही चीज़ तो अभी चाहते जी सो वधिया होया तो मैं कहूँगा कि बहुत वड्डी गल है कि जिहड़ा एक साल तो संघर्ष चल रहा सी बेचारे बजुर्ग साढ़े उत्थे बैठे से सो भी अपने घर परतणगे तो बाकी आने वाले टाइम कुछ होर आऊगा सामने आप कह नहीं सकते कि निकल के आता कि हुण लीडर दल्लों चो निकलता कि सरकार दल्लों चो निकलता आस करते हैं महाराज कृपा करन ते मिलते नवे ब्लॉग नाल चैनल कर दो सबसक्राइब लाइक शेयर कमेंट करके जरूर दस्सो ब्लॉग किदां दा लग्या नवे ब्लॉग दे नाल।